ਭਾਈ ਰਿਆਜ਼, ਤੁਸੀਂ ਮੇਰੇ ਵਾਸਤੇ ਤੋਹਫ਼ਾ ਲੈ ਕੇ ਆਏ ਹੋ, ਤੁਸੀਂ ਕਿਹੜੀ ਜਗ੍ਹਾ ਤੋਂ ਆਇਓ? ਜਾਮਪੁਰ ਸ਼ਹਿਰ ਤੋਂ ਆਇਓ, ਤੇ ਤੁਸੀਂ ਮੈਨੂੰ ਇਹ ਦੱਸੋ ਤੁਹਾਨੂੰ ਇਹ ਤੁਸੀਂ ਇਸ ਮਸ਼ੀਨ ਤੋਂ ਮੁਤਮਾਇਨ ਹੋ? ਪੱਕੀ ਗੱਲ ਆ, ਤੁਹਾਨੂੰ ਕਦੀ ਤੰਗ ਤੇ ਨਹੀਂ ਕੀਤਾ ਇਹਨੇ? ਅੱਛਾ, ਤੁਸੀਂ ਆਹ ਮੇਰੇ ਵਾਸਤੇ ਤੋਹਫ਼ਾ ਲੈ ਕੇ ਆਇਓ, ਤੁਸੀਂ ਮੈਨੂੰ ਆਪਣੇ ਹੱਥੋਂ ਫੜਾਓ। ਆਹ ਲਓ ਜੀ, ਬਿਸਮਿਲ੍ਲਾ ਰਹਿਮਾਨ ਰਹੀਮ। ਯਾ ਅੱਲਾ, ਤੇਰਾ ਲੱਖ ਲੱਖ ਸ਼ੁਕਰ ਆ, ਮੇਰੀ ਅੱਲਾਹ ਪਾਕ ਨੇ ਬੜੀ ਕਾਮਯਾਬੀ ਰੱਖੀ ਹੋਈ ਆ। ਅੱਲਾਹ ਪਾਕ ਨੇ ਨਾ ਇਹਨਾਂ ਦੇ ਰੋਟੀ ਦੀ ਦਾ ਜ਼ਰੀਆ ਬਣਾ ਦਿੱਤਾ, ਔਰ ਇਹਨਾਂ ਨੇ ਮੇਰੇ ਵਾਸਤੇ ਤੋਹਫ਼ਾ ਲੈ ਕੇ ਆਇਆ। ਅੱਲਾਹ ਪਾਕ ਇਹਨਾਂ ਨੂੰ ਹਾਜ਼ਰ ਕਰਾਵੇ। ਮਸ਼ੀਨ ਕਿੰਨੀ ਦੇਰ ਹੋ ਗਈ ਚਲਾਉਂਦੇ ਨੂੰ? 30 ਸਾਲ ਉੱਪਰ ਹੋ ਗਏ ਆ। ਮਸ਼ੀਨ ਨੇ ਤੁਹਾਨੂੰ ਕਦੀ ਤੰਗ ਕੀਤਾ? ਨਹੀਂ ਕੀਤਾ। ਅੱਛਾ, ਮਸ਼ੀਨ ਨੂੰ ਤੁਸੀਂ ਜਦੋਂ ਚਲਾ ਲੈਂਦੇ ਸਾਲ ਦੋ ਸਾਲ ਬਾਅਦ, ਤੁਸੀਂ ਉਹਨੂੰ ਚੰਗੀ ਤਰ੍ਹਾਂ ਚਲਾ ਕੇ ਵੇਚ ਵੀ ਦਿਓ ਤੇ ਤੁਹਾਨੂੰ ਨਫ਼ਾ ਦਿੰਦੀ ਆ? ਨਫ਼ਾ ਦਿੰਦੀ ਆ। ਤਾਂ ਇਹਦੀ ਕਾਰਗਰਦੀ ਕੈਸੀ ਆ? ਤੁਸੀਂ ਇਹ ਆਪਣੇ ਆਪ ਨੂੰ ਬਿਲਕੁਲ ਫਿੱਟ, ਯਾਨੀ ਕਿ ਮਸ਼ੀਨ ਨੂੰ ਫਿੱਟ ਸਮਝਦੇ ਹੋ, ਯਾਨੀ ਕਿ ਕਦੀ ਧੋਖਾ ਤਾਂ ਨਹੀਂ ਹੋਇਆ? ਸ਼ੁਕਰ ਅੱਲਾਹ ਦਾ। ਤੁਸੀਂ ਕਿਹੜੇ ਸ਼ਹਿਰ 'ਚ ਰਹਿੰਦੇ ਹੋ? ਜਾਮਪੁਰ ਸ਼ਹਿਰ ਦੇ ਵਿੱਚ ਰਹਿੰਦੇ ਹੋ? ਜਾਮਪੁਰ ਸ਼ਹਿਰ ਦੇ ਵਿੱਚ ਕਿਹੜੀ ਜਗ੍ਹਾ ਤੇ ਤੁਸੀਂ ਲਾਣਾ? ਅੱਛਾ, ਤੁਸੀਂ ਕੋਈ ਪੈਗਾਮ ਦੇਣਾ ਚਾਹੁੰਦੇ ਹੋ? ਮਸ਼ੀਨ ਸਾਡੀ ਸੁਥਰੀ ਆ ਕਿ ਨਹੀਂ ਸੁਥਰੀ? ਮੁਤਮਾਇਨ ਹੋ? ਮੁਤਮਾਇਨ ਸੀ, ਇਹਨਾਂ ਨੇ ਸਾਡੀ ਮਸ਼ੀਨ ਵੇਚੀ ਵੀ ਜਾ ਕੇ, ਔਰ ਅੱਛਾ ਅੱਲਾਹ ਪਾਕ ਨੇ ਇਹਨਾਂ ਨੂੰ ਰੋਟੀ ਵੀ ਦਿੱਤੀ ਅਤੇ ਸਾਡੇ ਵਾਸਤੇ ਤੋਹਫ਼ਾ ਲੈ ਗਿਆ ਤੁਹਾਡੇ ਜਾਮਪੁਰ ਸ਼ਹਿਰ ਦੇ ਵਿੱਚੋਂ। ਤੁਹਾਡੇ ਜਾਮਪੁਰ ਸ਼ਹਿਰ ਦੇ ਵਿੱਚ ਇੱਦਾਂ ਦੇ ਪੇੜੇ ਲੱਭਦੇ ਆ, ਵੇਖੋ। ਅਸੀਂ ਕੋਈ ਇੱਥੋਂ ਨਹੀਂ ਬਣਵਾਇਆ, ਜਿੰਨਾ ਅਸੀਂ ਇੱਦਾਂ ਦੀਆਂ ਗੱਲਾਂ ਕਰਦੇ ਹਾਂ। ਸ਼ੁਕਰ ਅੱਲਾਹ।